ਦੋਸਤੋ, ਜੇਕਰ ਤੁਸੀਂ 12ਵੀਂ ਗ੍ਰੈਜੂਏਟ, ਪੋਸਟ ਗ੍ਰੈਜੂਏਟ, PhD ਜਾਂ ਕੋਈ ਨੌਕਰੀ ਕਰ ਰਹੇ ਹੋ ਤਾਂ 120 ਘੰਟਿਆਂ ਦਾ ਤਿਮਾਹੀ ਕੋਰਸ ਤੁਹਾਡੇ ਲਈ ਲਾਹੇਵੰਦ ਹੋ ਸਕਦਾ ਹੈ। ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਕਿਵੇਂ ਇਸ ਛੋਟੇ ਸਰਟੀਫਿਕੇਟ ਕੋਰਸ ਨੂੰ ਕਰਕੇ ਤੁਸੀਂ ਆਪਣੀ ਮਾਂ ਬੋਲੀ ਪੰਜਾਬੀ ਮਾਧਿਅਮ ਵਿੱਚ ਕੰਪਿਊਟਰ ਦੇ ਗੁਰ ਸਿੱਖ ਸਕਦੇ ਹੋ। ਦੋਸਤੋ, ਪੰਜਾਬੀ ਕੰਪਿਊਟਰ ਮੀਡੀਆ ਵਿੱਚ ਤੁਹਾਡਾ ਸਵਾਗਤ। ਰੁਜ਼ਗਾਰ ਅਤੇ ਸਿਖਲਾਈ ਬਾਰੇ ਜਾਣਕਾਰੀ ਲੈ ਕੇ ਹਾਜ਼ਰ ਹੈ CP ਕੰਬੋਜ। ਸਰਕਾਰ ਵੱਲੋਂ ਨੌਕਰੀਆਂ ਲਈ ਮਾਨਤਾ ਪ੍ਰਾਪਤ ਇਸ ਕੋਰਸ ਬਾਰੇ ਪੂਰੀ ਜਾਣਕਾਰੀ ਲੈਣ ਲਈ ਵੀਡੀਓ ਅੰਤ ਤੱਕ ਵੇਖੋ। ਜਾਣਕਾਰੀ ਚੰਗੀ ਲੱਗੇ ਤਾਂ ਲਾਈਕ ਕਰੋ, ਹੋਰਨਾਂ ਦੀ ਭਲਾਈ ਲਈ ਸ਼ੇਅਰ ਕਰੋ। ਜੇ ਤੁਸੀਂ ਚਾਹੁੰਦੇ ਹੋ ਕਿ ਭਵਿੱਖ ਵਿੱਚ ਪਾਈਆਂ ਜਾਣ ਵਾਲੀਆਂ ਵੀਡੀਓਜ਼ ਦੀ ਜਾਣਕਾਰੀ ਤੁਹਾਨੂੰ ਨਾਲੋਂ ਨਾਲ ਮਿਲਦੀ ਰਹੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਦੱਬਣਾ ਨਾ ਭੁੱਲਣਾ। ਲਓ ਪੇਸ਼ ਕਰਦੇ ਹਾਂ ਅੱਜ ਦੇ ਵਿਸ਼ੇ ਬਾਰੇ ਜਾਣਕਾਰੀ। ਸਰਟੀਫਿਕੇਟ ਕੋਰਸ ਇਨ ਪੰਜਾਬੀ ਕੰਪਿਊਟਿੰਗ। ਸਰਟੀਫਿਕੇਟ ਕੋਰਸ ਦੇ ਲਾਭ। ਕੋਰਸ ਪੰਜਾਬੀ ਕੰਪਿਊਟਰ ਬਾਰੇ ਮੁੱਢਲੀ ਜਾਣਕਾਰੀ 'ਤੇ ਆਧਾਰਿਤ ਹੋਵੇਗਾ, ਜਿਸ ਵਿੱਚ ਮਾਈਕਰੋਸੋਫਟ ਵਰਡ, ਪਾਵਰ ਪੁਆਇੰਟ, ਐਕਸਲ, ਪੰਜਾਬੀ ਵਿੱਚ ਕੰਪਿਊਟਰ, ਇੰਟਰਨੈੱਟ ਅਤੇ ਸਮਾਰਟਫੋਨ ਦੀ ਵਰਤੋਂ, ਪੰਜਾਬੀ ਭਾਸ਼ਾ ਵਿੱਚ ਵੈਬਸਾਈਟਾਂ ਅਤੇ ਬਲੌਗ ਤਿਆਰ ਕਰਨ, ਪੰਜਾਬੀ ਸੋਫਟਵੇਅਰਾਂ ਦੀ ਉਪਯੋਗਤਾ, ਕੰਪਿਊਟਰ ਦੀ ਖਰੀਦ, ਵਰਤੋਂ ਅਤੇ ਸੁਰੱਖਿਆ ਆਦਿ ਬਾਰੇ ਪਾਠਕ੍ਰਮ ਵਿੱਚ ਸ਼ਾਮਲ ਹੋਵੇਗਾ। ਲੇਖਕ, ਪੱਤਰਕਾਰ ਅਤੇ ਮੀਡੀਆ ਕਰਮੀ ਆਪਣੀਆਂ ਰਚਨਾਤਮਕ ਗਤੀਵਿਧੀਆਂ ਅਤੇ ਕਾਰਜਸ਼ੈਲੀ ਵਿੱਚ ਪੰਜਾਬੀ ਸੋਫਟਵੇਅਰ ਵੈਬਸਾਈਟਾਂ ਰਾਹੀਂ ਸੁਧਾਰ ਲਿਆ ਸਕਦੇ ਨੇ। ਪੰਜਾਬੀ ਭਾਸ਼ਾ ਪ੍ਰੇਮੀਆਂ, ਪ੍ਰਚਾਰਕਾਂ ਅਤੇ ਵਿਕਾਸਕਾਰਾਂ ਲਈ ਇਹ ਕੋਰਸ ਇੱਕ ਅਮੁੱਲ ਤੋਹਫ਼ਾ ਹੈ, ਜਿਸ ਨੂੰ ਪੂਰਾ ਕਰਨ ਉਪਰੰਤ ਉਹ ਸਮਾਜਿਕ ਮੀਡੀਆ ਅਤੇ ਇੰਟਰਨੈੱਟ ਰਾਹੀਂ ਪੰਜਾਬੀ ਦੇ ਵਿਕਾਸ ਅਤੇ ਪ੍ਰਚਾਰ ਪ੍ਰਸਾਰ ਕਰ ਸਕਦੇ ਨੇ। ਨਵੇਂ ਵਿਦਿਆਰਥੀ ਨਿਪੁੰਨ ਟਾਈਪਿਸਟ, ਪ੍ਰਕਾਸ਼ਕ, ਪ੍ਰਿੰਟਰ, ਡਿਜ਼ਾਈਨਰ, ਵੈੱਬ ਵਿਕਾਸਕਾਰ ਆਦਿ ਬਣ ਕੇ ਸਵੈ ਰੁਜ਼ਗਾਰ ਅਪਣਾ ਸਕਦੇ ਨੇ। ਖਾਸ ਵਿਸ਼ੇਸ਼ਤਾਵਾਂ। ਕੋਰਸ ਦੇ ਪੜ੍ਹਨ ਪੜ੍ਹਾਉਣ ਅਤੇ ਇਮਤਿਹਾਨ ਦਾ ਮਾਧਿਅਮ ਕੇਵਲ ਪੰਜਾਬੀ। ਦਾਖਲਾ 10.2 ਵਿੱਚ ਲਏ ਅੰਕਾਂ ਦੇ ਆਧਾਰ 'ਤੇ ਤਿਆਰ ਕੀਤੀ ਮੈਰਿਟ ਸੂਚੀ ਮੁਤਾਬਕ ਅਨੁਸੂਚਿਤ ਜਾਤਾਂ, ਪਛੜੀਆਂ ਸ਼੍ਰੇਣੀਆਂ, ਪੇਂਡੂ ਖੇਤਰ, ਸੀਮਾਂਤ ਇਲਾਕਾ ਅਤੇ ਹੋਰ ਰਾਖਵੀਆਂ ਸ਼੍ਰੇਣੀਆਂ ਦਾ ਰਾਖਵਾਂਕਰਨ ਸਰਕਾਰੀ ਨਿਯਮਾਂ ਮੁਤਾਬਕ। ਰਵਾਇਤੀ ਰਸਮੀ ਪੜ੍ਹਾਈ ਨਾਲੋਂ ਅਲੱਗ। ਕਲਾਸਾਂ ਦਾ ਸਮਾਂ 2:30 to 5 PM ਤੱਕ ਸ਼ਾਮੀ। ਛੋਟਾ ਕੋਰਸ ਹੋਣ ਕਾਰਨ ਵਿਦਿਆਰਥੀ ਇਸ ਨੂੰ ਵੱਡੇ ਕੋਰਸ ਜਿਵੇਂ ਕਿ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ, ਰਿਸਰਚ ਦੇ ਨਾਲ ਨਾਲ ਵੀ ਕਰ ਸਕਦੇ ਨੇ। ਕਫਾਇਤੀ ਜਾਂ ਸਸਤਾ। ਪੂਰਾ ਕੋਰਸ ਦੀ ਫੀਸ ਸਿਰਫ 6000 ਰੁਪਏ। ਰੋਜ਼ਾਨਾ ਆਉਣ ਜਾਣ ਵਾਲੇ ਵਿਦਿਆਰਥੀਆਂ ਲਈ ਬੱਸ ਪਾਸ ਦੀ ਸਹੂਲਤ, ਯੋਗ ਤਜਰਬੇਕਾਰ ਅਧਿਆਪਕ ਅਤੇ ਪ੍ਰਯੋਗਸ਼ਾਲਾ ਸਹਾਇਕ। ਪ੍ਰਯੋਗੀ ਗਿਆਨ 'ਤੇ ਵੱਧ ਜ਼ੋਰ। ਹਰੇਕ ਵਿਦਿਆਰਥੀ ਦੇ ਪ੍ਰਯੋਗੀ ਅਭਿਆਸ ਲਈ ਅਤਿ ਆਧੁਨਿਕ ਸੁਵਿਧਾਵਾਂ ਵਾਲਾ ਵੱਖਰਾ ਕੰਪਿਊਟਰ, ਵਾਈਫਾਈ ਸੁਵਿਧਾ ਅਤੇ AC ਪ੍ਰਯੋਗਸ਼ਾਲਾ। ਵਿਸ਼ੇ। ਦੋਸਤੋ, ਇਸ ਕੋਰਸ ਵਿੱਚ 3 ਵਿਸ਼ੇ ਹੋਣਗੇ। ਪਹਿਲਾ ਵਿਸ਼ਾ ਹੋਏਗਾ ਪੰਜਾਬੀ ਕੰਪਿਊਟਰ, ਦੂਸਰਾ ਇੰਟਰਨੈੱਟ ਅਤੇ ਵੈੱਬ ਟੈਕਨੋਲੋਜੀ, ਤੀਸਰਾ ਵਿੰਡੋਜ਼ ਅਤੇ MS ਆਫਿਸ। ਦੋਸਤੋ, ਪਹਿਲਾ ਵਿਸ਼ਾ ਪੰਜਾਬੀ ਕੰਪਿਊਟਰ ਦਾ ਇਹ ਪਾਠਕ੍ਰਮ ਹੋਏਗਾ, ਜਿਸ ਵਿੱਚ ਪੰਜਾਬੀ ਬਾਰੇ ਜਾਣ ਪਛਾਣ,
ਕੰਪਿਊਟਰ ਬਾਰੇ ਜਾਣ ਪਛਾਣ, ਪੰਜਾਬੀ ਟਾਈਪਿੰਗ, ਯੂਨੀਕੋਡ ਪ੍ਰਣਾਲੀ, ਪੰਜਾਬੀ ਸੌਫਟਵੇਅਰ, ਮੋਬਾਈਲ ਐਪਸ ਬਾਰੇ ਜਾਣਕਾਰੀ ਸ਼ਾਮਿਲ ਹੋਏਗੀ। ਦੂਸਰਾ ਪਰਚਾ ਇੰਟਰਨੈਟ ਅਤੇ ਵੈੱਬ ਤਕਨਾਲੋਜੀ ਵਾਲਾ ਹੋਏਗਾ, ਜਿਸ ਵਿੱਚ ਇੰਟਰਨੈਟ ਬਾਰੇ ਮੁੱਢਲੀ ਜਾਣਕਾਰੀ, ਖੋਜ ਲਈ ਇੰਟਰਨੈਟ ਦੀ ਵਰਤੋਂ, ਇੰਟਰਨੈਟ 'ਤੇ ਪੰਜਾਬੀ ਦੀ ਵਰਤੋਂ, ਪੰਜਾਬੀ ਵਿੱਚ HTML ਦੇ ਰਾਹੀਂ ਵੈਬਸਾਈਟ ਬਣਾਉਣਾ ਸ਼ਾਮਿਲ ਹੋਏਗਾ। ਦੋਸਤੋ, ਤੀਜਾ ਪੇਪਰ ਵਿੰਡੋਜ਼ ਅਤੇ MS ਆਫਿਸ ਦੇ ਵਿੱਚ ਵਿੰਡੋਜ਼, ਪਾਵਰਪੁਆਇੰਟ, MS ਵਰਡ ਅਤੇ ਐਕਸਲ ਬਾਰੇ ਪ੍ਰਯੋਗੀ ਜਾਣਕਾਰੀ ਸ਼ਾਮਿਲ ਹੋਵੇਗੀ। ਦੋਸਤੋ, ਹੁਣ ਜਾਣਦੇ ਹਾਂ ਕਿ ਇਸ ਕੋਰਸ ਵਿੱਚ ਦਾਖਲੇ ਲਈ ਅਪਲਾਈ ਕਿਵੇਂ ਕਰੀਏ। ਅਪਲਾਈ ਕਰਨ ਤੋਂ ਪਹਿਲਾਂ ਤੁਹਾਡੇ ਕੋਲ ਆਪਣੀ ਤਾਜ਼ਾ ਫੋਟੋਗ੍ਰਾਫ, ਆਪਣੇ ਦਸਤਖਤ, ਮੈਟ੍ਰਿਕ ਦਾ ਸਰਟੀਫਿਕੇਟ, 12ਵੀਂ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਵੈਬਸਾਈਟ PUPadmissions.ac.in ਨੂੰ ਖੋਲ੍ਹੋ। ਹੁਣ ਰਜਿਸਟਰ ਨਾਓ 'ਤੇ ਕਲਿੱਕ ਕਰਕੇ ਰਜਿਸਟ੍ਰੇਸ਼ਨ ਕਰੋ। ਇਸ ਤੋਂ ਬਾਅਦ ਫੀਸ ਭਰਨ ਦੀ ਸਲਿੱਪ ਦਾ ਪ੍ਰਿੰਟ ਲਓ ਅਤੇ ਔਨਲਾਈਨ ਫੀਸ ਭਰ ਦਿਓ। ਅਪਲਾਈ ਲਿੰਕ 'ਤੇ ਕਲਿੱਕ ਕਰਕੇ ਫਾਰਮ ਭਰ ਦਿਓ। ਲਓ ਦੋਸਤੋ, ਦੇਖਦੇ ਹਾਂ PUPadmission.ac.in ਵੈਬਸਾਈਟ ਖੋਲ੍ਹ ਕੇ ਕਿ ਕਿਸ ਤਰੀਕੇ ਨਾਲ ਫਾਰਮ ਭਰਿਆ ਜਾਣਾ ਹੈ। ਸਭ ਤੋਂ ਪਹਿਲਾਂ ਵੈੱਬ ਬਰਾਊਜ਼ਰ ਦੇ ਉੱਤੇ PUPadmission.ac.in ਭਰਿਆ, ਥੱਲੇ ਰਜਿਸਟਰਡ ਨਾਓ ਵਾਲੇ ਬਟਨ ਦੇ ਉੱਤੇ ਕਲਿੱਕ ਕਰਿਆ, ਇੱਕ ਨਵਾਂ ਪੇਜ ਖੁੱਲ੍ਹੇਗਾ। ਇੱਥੋਂ ਰਜਿਸਟਰ ਨਾਓ 'ਤੇ ਫਿਰ ਦੁਬਾਰਾ ਕਲਿੱਕ ਕਰਨਾ, ਇੱਕ ਫਾਰਮ ਖੁੱਲ੍ਹੇਗਾ। ਇਸ ਫਾਰਮ ਦੇ ਵਿੱਚ ਦਿੱਤੀ ਹੋਈ ਮੰਗੀ ਹੋਈ ਜਾਣਕਾਰੀ ਨੂੰ ਬੜੇ ਧਿਆਨ ਨਾਲ ਭਰਨਾ, ਔਰ ਇਸ ਉਪਰੰਤ ਪੇ ਸਲਿੱਪ ਜਿਹੜੀ ਹੈ, ਤੁਸੀਂ ਤੁਹਾਡੇ ਕੋਲ ਆਪਸ਼ਨ ਹੋਣਗੀਆਂ, ਇਹਨਾਂ ਵਿੱਚੋਂ ਕੋਈ ਵੀ ਆਪਸ਼ਨ ਲੈ ਸਕਦੇ ਹੋ। ਔਨਲਾਈਨ ਵੀ ਭਰ ਸਕਦੇ ਹੋ, ਬੈਂਕ ਦੇ ਵਿੱਚ ਪੇ ਇਨ ਸਲਿੱਪ ਦੇ ਰਾਹੀਂ ਵੀ ਭਰ ਸਕਦੇ ਹੋ, ਔਰ ਇਹ ਕਰਨ ਤੋਂ ਬਾਅਦ ਤੁਹਾਡੇ ਕੋਲ ਇੱਕ ਫੀਸ ਸਲਿੱਪ ਜਨਰੇਟ ਹੋਏਗੀ, ਉਸਨੂੰ ਪ੍ਰਿੰਟ ਕਰਨਾ, ਔਰ ਉਸ ਤੋਂ ਬਾਅਦ ਆਪਣਾ ਅਗਲਾ ਫਾਰਮ ਭਰਨਾ ਹੈ। ਦੋਸਤੋ, ਯਾਦ ਰੱਖੋ, ਫਾਰਮ ਭਰਨ ਦੀ ਆਖਰੀ ਤਰੀਕ 10 July 2019 ਹੈ। ਕਾਉਂਸਲਿੰਗ ਦੀ ਤਰੀਕ 15 ਅਤੇ 16 July 2019 ਹੋਏਗੀ। ਕਾਉਂਸਲਿੰਗ ਦੌਰਾਨ ਤੁਸੀਂ ਆਪਣੇ ਨਾਲ ਮੈਟ੍ਰਿਕ ਦਾ ਸਰਟੀਫਿਕੇਟ, 12ਵੀਂ ਦਾ ਸਰਟੀਫਿਕੇਟ, ਰਾਖਵਾਂਕਰਨ ਦਾ ਸਰਟੀਫਿਕੇਟ ਆਦਿ ਸਮੇਤ ਅਸਲ ਦਸਤਾਵੇਜ਼ ਨਾਲ ਲਿਆਓ।